अज करीब सुबह सानू 4 बजे के करीब एक इनफॉर्मेशन रिसीव हुई कि बसंत एवन्यू दे विच हरकीरत सिंह सन ऑफ हरमीत सिंह कोठी नंबर 6D अपने घर दे विच काफ़ी लोगों नू बुला के उत्ते शरेआम जुआ खेडते हैं तो उत्ते हुक्के भी चलते हैं तो होर भी इलीगल एक्टिविटी चल रही है। बंदे दी इनफॉर्मेशन ते जदों असीं मौके ते पहुँचे तो उत्थों सानू मालक कोठी दे मालक हरकीरत सिंह दे समेत करीब 21 बंदे असी उतों फड़े जो कि मौके पर जाके देखिया कि जुए का सेवन कर रहे सी ते नाल काफ़ी वड्डी मात्रा दे विच हुक्के अपना गैम्बलिंग भी चल रही सी। उस तो बाद असी जदों मौके पर जाके इस रेड की तो सानू मौके तो जो जुआ चल रहा सी उस विच करीब 7,50,550 रुपये रिकवर होए ने। उतों सानू 3 हुक्कियां दी रिकवरी हुई है ते असीं उस नूं सारिआं दे खिलाफ़ कार्रवाई करदे हुए करीब 21 बंदिआं नूं अरैसट कीता है। सानू इनफॉर्मेशन अज्ज सुबह ही रिसीव हुई है बाकी इन्हां दी पुछगिछ तों पता लगेगा कि इस जगह ते इह सारे जणे किन्ने दिनों दे जुआ खेडदे हन ते किन्ने दिनों तों इह काम शरेआम इस ते बसंत एवन्यू दे विच चल रिहा है। इह जो जुए दा जिसने अरेंज कीता सी ਉਹ ਕਾਫੀ ਵੱਡਾ ਬੁੱਕੀ ਹੈ ਨਾਮੀ ਬੁੱਕੀ ਹੈ ਜੋ ਰਾਜੂ ਟਾਈਗਰ ਜੋੜਾ ਫਾਟਕ ਦਾ ਰਹਿਣ ਵਾਲਾ ਵਾ ਉਸ ਵੱਲੋਂ ਇਹ ਬੁੱਕਾ ਅਰੇਂਜ ਕੀਤਾ ਗਿਆ ਸੀ ਅਤੇ ਉਹ ਜੋ ਖਾਲ ਵਾਲੇ ਟਾਈਪ ਖੇਡਦੇ ਸੀ ਜਿਸ ਵਿੱਚ ਉਹ ਸਾਨੂੰ 3 ਤਾਸ਼ ਦੇ ਪੱਤੇ ਵੀ ਗੱਠੀਆਂ ਵੀ ਰਿਕਵਰ ਹੋਈਆਂ ਨੇ ਅਤੇ ਉਸ ਦੇ ਬੇਸਿਸ 'ਤੇ ਜੋ ਜੂਆ ਖੇਡਦੇ ਕੈਸ਼ ਤੋਂ ਇਲਾਵਾ ਕੋਈ ਵੈਪਨ ਵਗੈਰਾ ਕੋਈ ਸਾਨੂੰ ਮੌਕੇ 'ਤੇ ਕੋਈ ਵੈਪਨ ਵਗੈਰਾ ਨਹੀਂ ਮਿਲਿਆ ਗਾ ਸਿਰਫ ਕੈਸ਼ ਅਤੇ ਹੁੱਕੇ ਰਿਸੀਵ ਹੋਏ ਨੇ। ਹਾਂਜੀ ਉਹ ਵੀ ਮੌਕੇ ਤੋਂ ਅਰੈਸਟ ਕਰ ਲਿਆ ਜੋ ਟੋਟਲ ਸਾਡੇ ਕੋਲ 21 ਦੇਸ਼ੀ ਅਰੈਸਟ ਕੀਤੇ ਨੇ ਉਹਨਾਂ 'ਚ ਜੋ ਜੂਆ ਖੇਡ ਰਹੇ ਸੀਗੇ ਸਾਰੇ ਹੀ ਖੇਡ ਰਹੇ ਸੀ ਜੋ ਉਹਨਾਂ ਦੇ ਖਿਲਾਫ਼ ਗੈਂਬਲਿੰਗ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਜੋ ਇਲੀਗਲ ਹੁੱਕੇ ਦਾ ਸੇਵਨ ਕਰ ਰਹੇ ਸੀ ਉਸ ਦੇ ਤਹਿਤ ਦਾ ਸਿਗਰਟਸ ਐਂਡ ਤੰਬਾਕੂ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਜਿਹੜੇ ਘਰ ਵਾਲੇ ਖਿਲਾ ਰਹੇ ਸੀ ਉਹਨਾਂ ਦੇ ਪਰਚਾ ਦਰਜ ਹੋਏ? ਬਿਲਕੁਲ ਜੀ ਜੋ ਮਾਲਕ ਖਿਡਾ ਰਿਹਾ ਸੀਗਾ ਬਾਕੂਬਾ ਜੋ ਮਾਲਕ ਸੀ ਹਰਕੀਰਤ ਸਿੰਘ ਉਸ ਦੇ ਖਿਲਾਫ਼ ਵੀ ਇਹ ਮੁਕੱਦਮਾ ਦਰਜ ਕੀਤਾ ਗਿਆ। ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਅੱਧੀ ਵੀਡੀਓ ਜਾਰੀ ਕੀਤੀ ਗਈ ਹੈ ਜਿਹੜੀ ਪੁਲਿਸ ਦੇ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ ਉਹ ਕਹਿੰਦੇ ਕਿ ਅੱਧੀ ਵੀਡੀਓ ਜਾਰੀ ਕੀਤੀ ਗਈ ਹੈ ਜਿਹਨਾਂ ਅਗਰ ਲੋਡ ਪਊਗੀ ਅਸੀਂ ਪੂਰੀ ਵੀਡੀਓ ਵੀ ਰਿਲੀਜ਼ ਕਰਾਂਗੇ ਅਸੀਂ ਇਸ ਦੀ ਟਰਾਂਸਪੇਰੈਂਸੀ ਵਾਸਤੇ ਅਕਾਊਂਟੇਬਿਲਟੀ ਵਾਸਤੇ ਜੋ ਪੂਰਾ ਅਸੀਂ ਉੱਥੇ ਰੇਡ ਕੀਤੀ ਆ ਉੱਥੋਂ ਰਿਕਵਰੀਜ਼ ਕੀਤੀਆਂ ਹਰ ਇੱਕ ਚੀਜ਼ ਦੀ ਵੀਡੀਓ ਅਸੀਂ ਬਣਾਈ ਆ ਅਤੇ ਸਾਡੇ ਕੋਲ ਬਾਖੂਬਾ ਪੂਰੇ ਰਿਕਾਰਡ ਨੇ ਜੋ ਅਸੀਂ ਕੋਰਟ ਦੇ ਵਿੱਚ ਪੇਸ਼ ਵੀ ਕਰਾਂਗੇ। ਸਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੂਰਾ 33 ਲੱਖ ਰੁਪਈਆ ਸੀ ਜੀ ਮੌਕੇ ਦੇ ਉਹਨਾਂ ਦੇ ਕੋਲ ਪਰ 7 ਲੱਖ ਰੁਪਈਆ ਜਿਹੜਾ ਪੁਲਿਸ ਦੇ ਵੱਲੋਂ ਪਾਇਆ ਗਿਆ। ਬਿਲਕੁਲ ਝੂਠ ਹੈ ਜੀ ਮੌਕੇ 'ਤੇ ਵੀਡੀਓਗ੍ਰਾਫੀ ਹੋਈ ਆ ਜਿੰਨੀ ਜਿੰਨੀ ਰਿਕਵਰੀ ਹੋਈ ਆ ਹਰ ਬੰਦੇ ਦੇ ਸਿਗਨੇਚਰ ਲਏ ਗਏ ਨੇ ਸੋ ਜੋ ਟੋਟਲ ਮਾਤਰਾ ਦੇ ਵਿੱਚ ਜਿੰਨਾ ਸਾਨੂੰ ਕੈਸ਼ ਤੋਂ ਰਿਕਵਰ ਹੋਇਆ ਸੀ ਉਹ 7,50,550 ਰੁਪਏ ਸਨ।